ਸਤਿ ਸ਼੍ਰੀ ਅਕਾਲ ਜੀ, ਮੈਂ ਅਰਪਨ ਟੂਰਿਸਟਰ ਇੰਡੀਆ ਤੋਂ। ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਮਨਜੋਤ ਸਿੰਘ, ਜੋ ਕਿ ਮੇਰੇ ਕੋਲ ਬੈਠੇ ਨੇ। ਇਹਨਾਂ ਦੇ ਫਾਦਰ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਆਇਆ ਹੈ। ਚਲੋ ਇਹਨਾਂ ਨੂੰ ਹੁਣ ਇਹ ਦੱਸਣਗੇ ਕਿ ਇਹ ਸਾਡੇ ਬਾਰੇ ਕੀ ਕਹਿਣਾ ਚਾਹੁੰਦੇ ਨੇ। ਫਸਟਲੀ ਆਈ ਥੈਂਕ ਟੂ ਟੂਰਿਸਟਲ ਇੰਡੀਆ, ਅੱਜ ਮੈਂ ਆਪਣੇ ਫਾਦਰ ਦਾ ਵੀਜ਼ਾ ਪ੍ਰਾਪਤ ਕੀਤਾ ਹੈ। ਤੇ ਮੇਰੇ ਫਾਦਰ ਐਗਰੀਕਲਚਰ ਬੇਸ ਤੇ ਟਰਾਈ ਕੀਤਾ ਹੈ, ਤੇ ਇੱਥੋਂ ਦੇ ਸਟਾਫ ਨੇ ਪੂਰਾ ਕੋਪਰੇਟ ਕੀਤਾ ਤੇ ਸਾਨੂੰ ਗਾਈਡ ਕੀਤਾ ਹੈ, ਥੈਂਕਸ ਟੂ ਟੂਰਿਸਟਲ ਇੰਡੀਆ। ਜੇ ਕਿਸੇ ਨੇ ਵੀ ਆਪਣਾ ਵੀਜ਼ਾ ਅਪਲਾਈ ਕਰਨਾ ਹੈ ਤੇ ਟੂਰਿਸਟਲ ਇੰਡੀਆ ਨੂੰ ਕੰਟੈਕਟ ਕਰ ਸਕਦੇ ਨੇ, ਇਹਨਾਂ ਦਾ ਪ੍ਰੋਸੈਸ ਬਹੁਤ ਛੇਤੀ ਹੈ। ਥੈਂਕ ਯੂ। ਥੈਂਕ ਯੂ ਮਨਜੋਤ। ਯੂਅਰ ਵੈਲਕਮ। ਇਹਨਾਂ ਦੇ ਫਾਦਰ ਦੀ ਸਿੰਪਲ ਪ੍ਰੋਫਾਈਲ ਸੀ, ਐਗਰੀਕਲਚਰ ਇਹਨਾਂ ਦਾ ਬੈਕਗ੍ਰਾਉਂਡ ਸੀਗਾ। ਜੇਕਰ ਤੁਸੀਂ ਵੀ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਅਪਲਾਈ ਕਰ ਸਕਦੇ ਹੋ। ਜਿਵੇਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹਨਾਂ ਦੇ ਫਾਦਰ ਦੀ ਸਿੰਪਲ ਐਗਰੀਕਲਚਰ ਪ੍ਰੋਫਾਈਲ ਸੀਗੀ ਐਂਡ ਉਹਨਾਂ ਦਾ ਈਜ਼ੀਲੀ ਉਹਨਾਂ ਦਾ ਵੀਜ਼ਾ ਗ੍ਰਾਂਟ ਹੋਇਆ। ਅਤੇ ਜੇ ਤੁਸੀਂ ਵੀ ਆਪਣਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਆਪਣੇ ਫਾਦਰ ਦਾ ਵੀਜ਼ਾ ਪ੍ਰਾਪਤ ਕੀਤਾ ਹੈ, ਅਤੇ ਜੇ ਤੁਸੀਂ ਵੀ ਆਪਣਾ ਵੀਜ਼ਾ ਛੇਤੀ ਤੋਂ ਛੇਤੀ ਲਗਵਾਉਣਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਕੰਟੈਕਟ ਕਰੋ। ਥੈਂਕ ਯੂ।